ਹਾਂ ਜੀ ਗਾਇਸ ਲਿਸਟ ਆਫ ਹੈਡਿੰਗਸ ਤੁਹਾਨੂੰ ਓਕਿਆ ਲੱਗਦੀਆਂ ਮੈਂ ਕਿ ਜਸਟ ਲਿਸਟ ਆਫ ਹੈਡਿੰਗਸ ਕਰਕੇ ਹੀ ਤੁਸੀਂ 5 ਜਾਂ 5.5 ਬੈਂਡ ਤੇ ਰਹਿ ਜਾਂਦੇ ਹੋ ਤੇ ਜਿਹੜੇ ਤਿੰਨ ਮੋਡਿਊਲਸ ਆ ਉਹਨਾਂ ਦੇ ਵਿੱਚ ਉਸ ਇਚ ਜਸਟ ਅੱਧੇ ਬੈਂਡ ਕਰਕੇ ਤੁਸੀਂ ਰਹਿ ਗਏ ਕਿਉਂਕਿ ਤੁਹਾਨੂੰ ਲਿਸਟ ਆਫ ਹੈਡਿੰਗ ਨਹੀਂ ਆਉਂਦੇਗੇ بڑے ਸੈਂਟਰ ਦੇ ਵਿੱਚ ਲਿਸਟ ਆਫ ਹੈਡਿੰਗ ਕਰਨ ਦਾ ਵੇਹੀ ਨਹੀਂ ਦੱਸਿਆ ਜਾਂਦਾਗਾ ਕਿ ਕਿਸ ਤਰ੍ਹਾਂ ਤੁਸੀਂ ਲਿਸਟ ਆਫ ਹੈਡਿੰਗ ਨੂੰ ਆਪਣਾ ਕਰ ਸਕਦੇ ਹੋ ਵਿਦ ਅ ਸਮਾਰਟ ਵਰਕ ਬੱਚੇ ਕੀ ਕਰਦੇ ਆ ਪੈਰਾਗ੍ਰਾਫ ਏ ਦੇ ਵਿੱਚ ਗਏ ਪੈਰਾਗ੍ਰਾਫ ਏ ਦੇ ਵਿੱਚ ਜਾ ਕੇ ਹਰ ਇੱਕ ਲੱਭਣ ਲੱਗ ਪਏ ਕਿ ਕਿਹੜੀ ਕਿਹੜੀ ਉਧਰੋਂ ਪੜ ਕੇ ਆਏ ਸਿਰਫ ਏ ਪੜਿਆ ਏ ਪੜ ਕੇ ਹੈਡਿੰਗ ਮੈਚ ਕੀਤੀ ਨਹੀਂ ਮੈਚ ਹੋਈ ਫਿਰ 20 ਪੜਿਆ ਕੋਈ ਮੈਚ ਨਹੀਂ ਹੋਈ ਟਾਈਮ ਵੇਸਟ ਵੀ ਗਿਆ ਅਨਸਰ ਵੀ ਨਹੀਂ ਲੱਭਿਆ ਸੋ ਵਿਦਾਊਟ ਐਨੀ ਵੇਸਟੇਜ ਆਫ ਟਾਈਮ ਤੁਸੀਂ ਲਿਸਟ ਆਫ ਹੈਡਿੰਗ ਨੂੰ ਕਿਦਾਂ ਸੋਲਵ ਕਰ ਸਕਦੇ ਹੋ ਪਲੀਜ਼ ਇਸ ਵੀਡੀਓ ਨੂੰ ਵਾਚ ਕਰਿਆ ਜੇ ਟਿਲ ਐਂਡ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਜੇ ਕਿ ਤੁਹਾਡੇ ਲਈ ਇਹ ਵੀਡੀਓ ਫਰੂਟਫੁਲ ਪ੍ਰੂਫ ਹੋਈ ਜਾਂ ਫਿਰ ਨਹੀਂ ਹੋਈ ਸਭ ਤੋਂ ਪਹਿਲਾਂ ਲਿਸਟ ਆਫ ਹੈਡਿੰਗ ਨੂੰ ਸੋਲਵ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਕੀਵਰਡਸ ਨੂੰ ਅੰਡਰਲਾਈਨ ਫਰਸਟ ਸਟੈਪ ਕੀ ਹੈਗਾ ਵੈ ਅੰਡਰਲਾਈਨ ਦੀ ਕੀਵਰਡਸ ਤੁਸੀਂ ਕੀ ਕੀਤਾ ਸਭ ਤੋਂ ਪਹਿਲਾਂ ਕੀਵਰਡਸ ਨੂੰ ਅੰਡਰਲਾਈਨ ਕਰਨ ਤੋਂ ਬਾਅਦ ਦੈਨ ਜਸਟ ਪੈਰਾਗ੍ਰਾਫ এ ਜਾਓ ਕੋਈ ਤੁਸੀਂ ਕੀਵਰਡਸ ਨੂੰ ਵੀਡ ਨਹੀਂ ਕਰਨਾ ਕਿ ਇੱਥੇ ਫਲਕਚੁਏਸ਼ਨ ਲਿਖਿਆ ਇੱਥੇ ਬਿਗਨ ਲਿਖਿਆ ਇੱਥੇ ਕੈਲਕੂਲੇਸ਼ਨ ਲਿਖਿਆ ਇੱਥੇ ਨੰਬਰ ਲਿਖਿਆ ਇੱਥੇ ਡਿਸੀਜਨ ਲਿਖਿਆ ਇੱਥੇ ਹੈਬਿਟੈਟਸ ਨੋ ਕੋਈ ਰੀਡ ਨਹੀਂ ਕਰਨਾ ਤੁਸੀਂ ਜਸਟ ਅੰਡਰਲਾਈਨ ਕੀਤਾ ਕੀਵਰਡਸ ਨੂੰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੈ ਕੀਵਰਡਸ ਨੂੰ ਅੰਡਰਲਾਈਨ ਕਰੋ ਅੰਡਰਲਾਈਨ ਕਰਕੇ ਜਸਟ ਪੈਰਾਗ੍ਰਾਫ ਏ ਤੇ ਡਾਇਰੈਕਟ ਜਾਣਾ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਪੈਰਾਗ੍ਰਾਫ ਏ ਤੇ ਗਏ ਪੈਰਾਗ੍ਰਾਫ ਏ ਤੇ ਜਾ ਕੇ ਵੇਖੋ ਬਰੀਡਿੰਗ ਬੀਟਰੰਸ ਬੀਕਮ ਐਕਸਟਿੰਕਟ ਬੀਟਰੰਸ ਕੀ ਹੈਗਾ ਮੈਂ ਇੱਕ ਤਰ੍ਹਾਂ ਦੇ ਬਰਡਸ ਠੀਕ ਹੈ ਬਰਡਸ ਐ ਮੇਬੀ ਤੁਹਾਨੂੰ ਪਿਕਚਰ ਸ਼ੋ ਹੋ ਰਹੀ ਹੋਵੇਗੀ ਕਿ ਉਹ ਕੀ ਹੋ ਚੁੱਕੇ ਹਨ ਐਕਸਟਿੰਕਟ ਯੂਕੇ ਦੇ ਵਿੱਚ ਕਦੋਂ 1886 ਦੇਖੋ ਬਾਈ ਕਿੰਨਾ ਵਧੀਆ ਤੁਹਾਨੂੰ ਮਿਲਦਾ ਪਿਆ ਟਾਸਕ 1 ਵਾਸਤੇ ਜਦ ਤੁਹਾਡੇ ਕੋਲ ਸਾਲ ਆਂਦਾ ਵਾ ਤੁਹਾਨੂੰ ਹਿੰਟ ਮਿਲਦਾ ਪਿਆ ਰੀਡਿੰਗ ਤੋਂ ਵੀ ਬਟ ਫਾਲਿੰਗ ਰੀਕੋਲੋਨਾਈਜੇਸ਼ਨ अर्ਲੀ ਲਾਸਟ ਸੈਂਚਰੀ ਨੰਬਰਸ ਬਟ ਪਿਛਲੇ ਸਾਲ ਤੋਂ ਕੁਝ ਨੰਬਰਸ ਇਹਦੇ ਕੀ ਹੋ ਗਏ ਬਰਡਸ ਦੇ ਰੋਜ਼ ਹੋ ਗਏ ਤੇ ਪੀਕ ਕਿਥੇ ਤੱਕ ਪਹੁੰਚ ਗਏ 70 ਠੀਕ ਹੈ ਬੂਮਿੰਗ ਸਿੰਗਿੰਗ ਮੈਲਸ ਇਨ ਦਾ 1950 ਕਿੱਥੇ 1886 ਦੇ ਵਿੱਚ ਘਟ ਸੀ ਐਕਸਟਿੰਕਟ ਸੀ 50 ਦੇ ਵਿੱਚ ਕਿੰਨੇ ਹੋ ਗਏ 70 ਫਾਲਿੰਗ ਟੂ ਫਿਊਰਰ ਥੈਨ ਫੇਅਰ ਫਾਲ ਹੋ ਗਏ ਕਦੋਂ ਥੈਨ 20 ਤੁਹਾਨੂੰ ਟਾਸਕ 1 ਦੇ ਵਿੱਚ ਦੇਖੋ ਕਿੰਨੀ ਜ਼ਿਆਦਾ ਹੈਲਪ ਮਿਲਦੀ ਪਈ ਹੈ ਅਕੇਲ ਟੂ ਬਰਡਸ ਵਿਦ ਵਨ ਸਟੋਨ ਬਾਏ ਦਾ 1910 ਇੱਥੇ ਸਾਲ ਡਿਫਰੈਂਟ ਇੱਥੇ ਵੀ ਸਾਲ ਡਿਫਰੈਂਟ ਇੱਥੇ ਵੀ ਡਿਫਰੈਂਟ ਹੈ ਦੇਖੋ ਫਲਕਚੁਏਸ਼ਨ ਹੀ ਆ ਰਹੀ ਹੈ 1980 ਦੇ ਵਿੱਚ ਫਿਰ ਕਿੰਨਨ ਹੋ ਗਿਆ ਬਿਟਰਨ ਜਿਹੜੇ ਟ੍ਰਬਲ ਦੇ ਵਿੱਚ ਆ ਗਏ ਬਟ ਜਿਹੜੀ ਉਹਨਾਂ ਦੀ ਲिटल ਇਨਫਰਮੇਸ਼ਨ ਆਨ ਵਿੱਚ ਟੂ ਦਾ ਬੇਸ ਰਿਕਵਰੀ ਐਕਸ਼ਨ ਫਿਰ ਉਹਨਾਂ ਦੀ ਕੀ ਹੈ ਲिटल ਇਨਫਰਮੇਸ਼ਨ ਹੀ ਬਚੀ ਕਿਉਂਕਿ ਉਹ ਕਿਸ ਟ੍ਰਬਲ ਟ੍ਰਬਲ ਮਤਲਬ ਕਿ ਐਕਸਟਿੰਕਸ਼ਨ ਠੀਕ ਹੈ ਖਤਰੇ ਦੇ ਵਿੱਚ ਸੀ ਉਹ ਦੇਖੋ ਉਹਨਾਂ ਦੀ ਕੋਈ ਗੱਲ ਹੋਈ ਹੈ ਕਿ ਉਹ ਕਿੱਦਾਂ ਰਿਸਰਚ ਉਹਨਾਂ ਦੀ ਕੋਈ ਫਾਈਂਡਿੰਗ ਕੋਈ ਹੈਬੀਟੈਟ ਕੋਈ ਡਿਸੀਜਨ ਦੀ ਗੱਲ ਹੋਈ ਹੈ ਨੋ ਨਾਲੋਂ ਨਾਲ ਕਰੋਸ ਮਾਰੀ ਜਾਓ ਠੀਕ ਹੈ ਫਲਕਚੁਏਸ਼ਨ ਇਨ ਬਿਟਰਨ ਨੰਬਰ ਡੈਫੀਨਿਟਲੀ ਬਿਟਰਨ ਨੰਬਰ ਮਤਲਬ ਬਰਡਸ ਤੁਹਾਨੂੰ ਮੈਂ ਹੁਣੇ ਦੱਸਿਆ ਵਾ ਉਹਨਾਂ ਦੇ ਵਿੱਚ ਕੀ ਆਇਆ ਵਾ ਫਲਕਚੂਏਸ਼ਨ ਕੀ 1990 ਦੇ ਵਿੱਚ ਇੰਨੇ ਸੀ ਤੇ 1986 ਦੇ ਵਿੱਚ ਉਹ ਬਿਲਕੁਲ ਐਕਸਟਿੰਕਟ ਸੀ ਠੀਕ ਹੈ 1950 ਦੇ ਵਿੱਚ ਕਿੰਨੇ ਸੀ ਸਾਰਾ ਉਹਨਾਂ ਨੇ ਦੱਸ ਦਿੱਤਾ ਫਲਕਚੂਏਸ਼ਨ ਠੀਕ ਹੈ ਅਪ ਐਂਡ ਡਾਊਨਸ ਸੋ ਦੈਟਸ ਵਾਈ ਯੂਅਰ ਆਨਸਰ ਇਜ਼ ਕੀਵਰਡਸ ਰੀਡ ਕਰੋ ਪੈਰਾਗ੍ਰਾਫ ਦੇ ਵਿੱਚ ਜਾਓ ਜੋ ਤੁਹਾਨੂੰ ਲੋਕੇਸ਼ਨ ਪੜੀ ਆ ਜੋ ਤੁਸੀਂ ਉਥੋਂ ਇਨਫੋਰਮੇਸ਼ਨ ਗੈਟ ਕੀਤੀ ਹੈ ਉਹ ਇੱਥੇ ਮੈਚ ਕਰਨ ਦੀ ਕੋਸ਼ਿਸ਼ ਕਰੋ ਹੁਣ ਆਪਾਂ ਕਰਦੇ ਆ ਪੈਰਾਗ੍ਰਾਫ ਬੀ ਫਿਰ ਤੁਹਾਨੂੰ ਜਲਦੀ ਸਮਝ ਲੱਗੇਗੀ ਦੇਖੋ ਮੈਂ ਹਮੇਸ਼ਾ ਆਪਣੇ ਸਟੂਡੈਂਟਸ ਨੂੰ ਵੀ ਇਹੀ ਕਹਿੰਨੀ ਆ ਆਨਲਾਈਨ ਵਾਲੇ ਕਿ ਤੇ ਤੁਹਾਨੂੰ ਵੀ ਵੀਡੀਓ ਦੇ ਵਿੱਚ ਹਮੇਸ਼ਾ YouTube ਤੇ ਇਹੀ ਕਹਿੰਨੀ ਆ ਕਿ ਜਦੋਂ ਲਿਸਟ ਆਫ ਹੈਡਿੰਗਸ ਆਲੋਫ ਕਰਦੇ ਹੋ ਜਸਟ ਦੋ ਜਾਂ ਤਿੰਨ ਲਾਈਨਸ ਨੂੰ ਪੜਿਆ ਕਰੋ ਜਿਆਦਾ ਤੁਹਾਨੂੰ ਲਾਈਨਸ ਪੜਨ ਦੀ ਜ਼ਰੂਰਤ ਨਹੀਂ ਹੁੰਦੀਗੀ ਬਿਟਰਨਸ ਹੈਵ ਸਾਰਿਪਟਿਕ ਪਲਮੇਜ ਐਂਡ ਅ ਸ਼ਾਈ ਨੇਚਰ ਉਹਨਾਂ ਦਾ ਨੇਚਰ ਕਿਦਾਂ ਦਾ ਸ਼ਾਈ ਹੈ ਯੂਜੂਅਲੀ ਰਿਮੇਨਿੰਗ ਹਿਡਨ ਵਿਦ ਅ ਕਵਰ ਉਹ ਹਿਡਨ ਹੁੰਦੇ ਆ ਕਵਰ ਦੇ ਵਿੱਚ ਆਫ ਦਾ ਰੀਡ ਬੈਡ ਵੈਜੀਟੇਸ਼ਨ ਰੀਡ ਬੈਡ ਵੈਜੀਟੇਸ਼ਨ ਰੀਡ ਬੈਡ ਕੀ ਹੁੰਦਾ ਵਾ ਜਿਹੜਾ ਪਾਣੀ ਦੇ ਨੇੜੇ ਛੋਟਾ ਛੋਟਾ ਘਾਹ ਲੱਗ ਜਾਂਦਾ ਨਾ ਵੈਜੀਟੇਸ਼ਨ ਜਿਹਨੂੰ ਤੁਸੀਂ ਗ੍ਰੀਨ ਗ੍ਰੀਨ ਕਹਿੰਦੇ ਹੋ ਗ੍ਰਾਸ ਵਗੈਰਾ ਆਵਰ ਫਰਸਟ ਚੈਲੰਜ ਸਾਡਾ ਪਹਿਲਾ ਚੈਲੰਜ ਕੀ ਹੈਗਾ ਸੀ ਸਟੈਂਡਰਡ ਮੈਥਡਸ ਨੂੰ ਡਿਵੈਲਪ ਕਰਨਾ ਉਹਨਾਂ ਨੂੰ ਮੋਨੀਟਰ ਮੋਨੀਟਰ ਮਤਲਬ ਉਹਨਾਂ ਨੂੰ ਚੈੱਕ ਕਰਨਾ ਠੀਕ ਹੈ ਚੰਗੀ ਤਰ੍ਹਾਂ देयर ਨੰਬਰਸ ਹੁਣ ਜੋ ਤੁਸੀਂ ਦੋ ਜਾਂ ਤਿੰਨ ਲਾਈਨਾਂ ਦੇ ਵਿੱਚ ਪੜਿਆ ਉਹ ਉੱਥੇ ਜਾ ਕੇ ਹੈਡਿੰਗ ਦੇ ਨਾਲ ਮੈਚ ਕਰੋ ਰਿਸਰਚ ਫਾਈਂਡਿੰਗ ਇਨਟੂ ਹੈਬਿਟੈਟ ਨਹੀਂ ਇਹ ਤਾਂ ਸਾਡਾ ਵੈਸੇ ਹੀ ਹੋ ਗਿਆ ਹੋਇਆ ਜਿਹੜਾ ਸਾਡੇ ਹੋ ਗਿਆ ਉਹ ਅਸੀਂ ਇਹਨੂੰ ਇੱਧਰ ਇੱਧਰ ਸਰਕਲ ਕਰਾਂਗੇ ਠੀਕ ਹੈ ਯੰਗ ਬੀਟਰਨ ਕੋਈ ਯੰਗ ਪ੍ਰੋਟੈਕਸ਼ਨ ਦੀ ਗੱਲ ਹੋਈ ਹੈ ਨੋ ਇੰਟਰਨੈਸ਼ਨਲ ਤਾਂ ਬਿਲਕੁਲ ਵੀ ਨਹੀਂ ਹੋਏਗੀ ਬਿਗੈਨ ਇਨ ਕੈਲਕੂਲੇਸ਼ਨ ਉਹਨਾਂ ਨੇ ਕੀ ਕਿਹਾ ਸੀ బిਗਨ ਤੇ ਨੰਬਰ ਦੀ ਦੋਨਾਂ ਦੀ ਗੱਲ ਹੋਈ ਸੀ ਧਿਆਨ ਨਾਲ ਵੇਖੋ ਫਸਟ బిਗਨ ਨੰਬਰਸ ਨੀਚੋਂ ਥਰਡ ਲਾਈਨ ਦੇ ਵਿੱਚ ਕੀ ਲਿਖਿਆ ਕਾਊਂਟ ਕਾਊਂਟ ਕੀ ਹੋ ਗਿਆ ਤੁਹਾਡਾ ਕੈਲਕੂਲੇਸ਼ਨਸ ਦੈਟਸ ਵਾਈ ਮੈਂ ਸੇ ਕਹਿ ਰਹੀ ਆ ਕਿ ਪਹਿਲੀਆਂ ਦੋ ਤਿੰਨ ਲਾਈਨਾਂ ਤੇ ਨੀਚਲੇ ਦੋ ਤਿੰਨ ਲਾਈਨਾਂ ਦੇ ਵਿੱਚ ਹੀ ਤੁਹਾਡਾ ਆਨਸਰ ਪਿਆ ਹੁੰਦਾ ਬਸ ਜਸਟ ਧਿਆਨ ਨਾਲ ਰੀਡ ਕਰੋ ਮਿਲ ਗਿਆ ਇਹਦਾ ਫਿਫਥ ਆਨਸਰ ਪੈਰਾਗ੍ਰਾਫ ਸੀ ਪੈਰਾਗ੍ਰਾਫ ਸੀ ਦੇ ਵਿੱਚ ਆਪਾਂ ਜਾਣਨੇ ਆ ਅਵਰ ਫਰਸਟ ਡਾਇਰੈਕਟ ਅੰਡਰਸਟੈਂਡਿੰਗ ਸਾਡੀ ਪਹਿਲੀ ਅੰਡਰਸਟੈਂਡਿੰਗ ਡਾਇਰੈਕਟ ਹੈਬੀਟੈਟ ਤਾਂ ਆ ਪਹਿਲਾ ਕੀਵਰਡ ਮੈਚ ਹੋ ਗਿਆ ਹੈਬੀਟੈਟ ਦੂਸਰਾ ਧਿਆਨ ਨਾਲ ਦੇਖੋ ਤੁਹਾਨੂੰ ਜ਼ਿਆਦਾ ਲੋੜ ਇਹ ਨਹੀਂ ਪੈਗੀ ਦੂਸਰਾ ਇੱਥੇ ਕੀ ਲੱਗਿਆ ਹੋਇਆ ਫਾਈਂਡਿੰਗ ਫਾਈਂਡ ਦੇ ਨਾਲ ਕੀ ਲੱਗਿਆ ਹੋਇਆ ਆਈ ਐਨ ਜੀ ਤੇ ਇੱਥੇ ਕੀ ਲੱਗਿਆ ਹੋਇਆ अंडरसटैंडिंग आईएन जी उधर भी आईएन जी हैबीटैट ना हैबीटैट मैच हो गया दैन थोड़ा आंसर पैराग्राफ सी का फिर की है फस्ट समझ लगी ध्यान देखो हैबीटैट ना हैबीटैट ती तो जस्ट पहली लाइन चो फाइंड कर लिया तो जीरण ना जीरण मैच हो गया ਬਾਕੀ ਵਾਲੇ ਜਿਹੜੇ DFGH ਇਹ ਵੀ ਮੈਂ ਕਰਵਾਵਾਂਗੀ ਬਟ ਇਨ ਦਾ ਨੈਕਸਟ ਵੀਡੀਓ ਬਟ ਪਹਿਲਾਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਨੂੰ ਇਹ ਵਾਲਾ ਮੈਥਡ ਮੇਰਾ ਵਧੀਆ ਲੱਗਾ ਲਿਸਟ ਆਫ ਹੈਡਿੰਗ ਦਾ ਜੇਕਰ ਵਧੀਆ ਲੱਗਿਆ ਦੈਨ ਮੈਨੂੰ ਜ਼ਰੂਰ ਦੱਸਿਆ ਜੇ ਫਿਰ ਮੈਂ DFGH ਆਪਣੀ ਨੈਕਸਟ ਵੀਡੀਓ ਦੇ ਵਿੱਚ ਬਣਾਵਾਂਗੀ ਤੁਹਾਡੇ ਲਈ ओके गाइस गॉड ब्लेस यू बट ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਾਲਾ ਲਿਸਟ ਆਫ ਹੈਡਿੰਗ ਦਾ ਮੈਥਡ ਵਧੀਆ ਲੱਗਿਆ ਹੋਵੇਗਾ ਹੁਣ ਤੁਸੀਂ ਆਪਣੀ ਰੀਡਿੰਗ ਦੇ ਵਿੱਚ ਅਪਲਾਈ ਕਰੋ ਰੀਡਿੰਗ ਜਿਹੜੀ ਵੀ ਤੁਹਾਡੇ ਕੋਲ ਪਈ ਹੈ ਕੈਂਬ੍ਰਿਜ ਦੀ ਜਾਂ ਫਿਰ ਆਇਲਸ ਫੀਵਰ ਦੀ ਔਨਲਾਈਨ ਪ੍ਰੈਕਟਿਸ ਟੈਸਟ ਦੀ ਕੋਈ ਵੀ ਪਈ ਹੈ ਨੋ ਮੈਟਰ ਜਸਟ ਇਹ ਵਾਲਾ ਮੈਥਡ ਫੋਲੋ ਕਰੋ ਕਿ ਅੰਡਰਲਾਈਨ ਦਾ ਕੀਵਰਡਸ ਗੋ ਟੂ ਦਾ ਪੈਰਾਗ੍ਰਾਫ ਟੇਕ ਇਨਫੋਰਮੇਸ਼ਨ ਦੈਨ ਮੈਚ ਜਿਹੜੀ ਮੈਚ ਹੁੰਦੀ ਐ ਉਹ ਦੇ ਨਾਲ ਦੇਖੋ ਪੂਰੀ ਤੁਹਾਡੀ ਮੈਚ ਹੋ ਰਹੀ ਐ ਦੈਨ ਉਹ ਤੁਹਾਡਾ ਆਨਸਰ ਆ ਜਿਹੜੀ ਨਹੀਂ ਮੈਚ ਹੋ ਰਹੀ ਨਾ ਲਗਾਈ ਜਾਓ ਕ੍ਰੋਸ ਹੁਣ ਤੁਹਾਡਾ ਸੈਕਿੰਡ ਵੀ ਹੋ ਗਿਆ ਹੁਣ ਤੁਹਾਡਾ ਫਿਫਥ ਵੀ ਹੋ ਗਿਆ ਠੀਕ ਐ ਆ ਫਰਸਟ ਵੀ ਹੋ ਗਿਆ ਹੁਣ ਜਿਹੜੇ ਬਾਕੀ ਰਹਿ ਗਏ ਆਪਸ਼ਨ ਇਹਦੇ ਵਿੱਚ ਦੇਖੋ ਜਿਹੜਾ ਸੈਵਨਥ ਐ ਸੈਵਨਥ ਵੀ ਤੁਹਾਡਾ ਹੋ ਗਿਆ ਹੁਣ ਜਸਟ ਇੱਕ ਨਾ 3 4 6 8 ਤੇ 9 ਦੇ ਵਿੱਚੋਂ ਤੁਸੀਂ ਆਪਸ਼ਨ ਲੱਭਨੇ ਆ ਜਿਹੜੇ ਤੁਹਾਡੇ ਰਹਿ ਗਏ ਡੀ ਐਫ ਜੀ ਐਚ ਤੇ ਲਈ ਠੀਕ ਐ DFGHD नेक्स्ट वीडियो होवेगी पहला मेनू दसया जे कमेंट बॉक्स ਦੇ ਵਿੱਚ ਕਿ ਇਹ ਵਾਲਾ ਮੈਥਡ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਦੈਨ ਫਿਰ ਹੀ ਬਣਾਵਾਂਗੀ ਠੀਕ ਹੈ